ਇਹ ਕੰਪਨੀ ਵੱਲੋਂ ਜੀ 1 ਕੁਇੰਟਲ weight ਦਾ 100 kg ਦਾ ਬੰਪਰ ਲੱਗਿਆ ਜੀ ਟਰੈਕਟਰ ਨੂੰ ਵਿੱਚ ਵੀ ਕੋਈ ਕੰਪਨੀ ਨਹੀਂ ਦੇ ਰਹੀ ਅੱਜ ਸਾਰੀਆਂ ਟਰੈਕਟਰ ਕੰਪਨੀਆਂ ਦੇ ਮੁਕਾਬਲੇ ਕੱਲੀ ਕਰਤਾਰ ਹੀ 100 kg ਦਾ ਬੰਪਰ ਦੇ ਰਹੀ ਹੈ ਜੀ ਆਪਣਾ ਕਹਿੰਦੇ ਆ ਰੇਡੀਏਟਰ ਦੇ ਇੱਕ ਜਾਲੀ ਦਿੱਤੀ ਹੋਈ ਹੈ ਇਹ ਜਾਲੀ ਇਦਾਂ ਲਾਈ ਹੈ ਜੀ ਕੱਲ ਨੂੰ ਕੋਈ ਇੱਕ ਤਾਂ ਕਚਰਾ ਮੋਟਾ ਕਚਰਾ ਅੰਦਰ ਨਹੀਂ ਜਾਂਦਾ ਰੇਡੀਏਟਰ ਚੋਕ ਨਹੀਂ ਹੁੰਦਾ ਬਿਲਕੁਲ ਜੀ ਇਹਦੀ ਅਸੀਂ ਛੋਟਿਆਂ ਦੀ ਵੀ ਉਡ ਨਹੀਂ ਕਰਤੀ ਵੱਡਿਆਂ ਦੀ ਵੀ ਉਡ ਨਹੀਂ ਕਰਤੀ 1800 kg ਹੈ 1800 kg ਹੈ ਜੀ ਹਾਂਜੀ ਵੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਕਰਤਾਰ ਟਰੈਕਟਰ ਦੀ ਵੀਡੀਓ ਬਣਾ ਰਹੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤਿੰਨ ਟਰੈਕਟਰ ਖੜੇ ਹੈਗੇ ਤੇ ਕਰਤਾਰ ਟਰੈਕਟਰ ਵੱਲੋਂ ਜਿਹੜੇ ਕਿ ਟਰੈਕਟਰ ਕਾਫੀ ਟਾਈਮ ਪਹਿਲਾਂ ਬਣਾ ਰਹੇ ਆ ਬਣਾਏ ਜਾ ਰਹੇ ਸੀਗੇ ਹਨਾ ਤੇ ਐਕਸਪੋਰਟ ਕੀਤੇ ਜਾ ਰਹੇ ਸੀਗੇ ਸੋ ਜੀਟਰ ਦੇ ਟਰੈਕਟਰ ਵੀ ਬਣਾ ਕੇ ਦਿੱਤੇ ਜਾਂਦੇ ਸੀਗੇ ਤੇ ਹੌਲੀ ਹੌਲੀ ਜਿਵੇਂ ਟਰੈਕਟਰ ਆ ਇਹਨਾਂ ਨੇ ਆਪਦੇ ਕਰਤਾਰ ਟਰੈਕਟਰ ਆ ਬਣਾਉਣੇ ਸ਼ੁਰੂ ਕੀਤੇ ਆ ਸੋ ਆਪਾਂ ਕਹਿ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਅਸੀਂ ਇਸ ਟਾਈਮ ਹੈਗੇ ਆ ਅਬੋਹਰ ਦੇ ਵਿੱਚ ਕਹਿ ਲਈਏ ਪੰਜਾਬ ਦੀ ਆਪਣੀ ਜਿਹੜੀ ਕਿ ਅਬੋਹਰ ਦੇ ਵਿੱਚ ਪਹਿਲੀ ਡੀਲਰਸ਼ਿਪ ਆ ਗਈ ਸੋ ਕਰਤਾਰ ਟਰੈਕਟਰ ਦੀ ਜੇ ਆਪਾਂ ਕਹਿ ਲਈਏ ਪੂਰੇ ਪੰਜਾਬ 'ਚ ਆਪਾਂ ਇੱਥੇ ਟਰੈਕਟਰ ਖਰੀਦ ਸਕਦੇ ਹਾਂ ਬਾਕੀ ਆਪਾਂ ਕੰਟੈਕਟ ਨੰਬਰ ਤੁਹਾਨੂੰ ਸਕਰੀਨ 'ਤੇ ਦੇ ਦਿਆਂਗੇ ਚਲਾ ਦਿਆਂਗੇ ਅਤੇ ਬਾਕੀ ਆਪਾਂ ਬਾਈ ਜੀ ਬਲਰਾਜ ਸਿੰਘ ਰਾਜਾ ਜੀ ਨਾਲ ਗੱਲ ਕਰਦੇ ਹਾਂ ਸੋ ਕਿੰਨੇ HP ਤੱਕ ਟਰੈਕਟਰ ਆ ਜਿਹੜੇ ਸ਼ੁਰੂ ਹੋ ਜਾਂਦੇ ਅਤੇ ਕਿੰਨੇ HP ਤੱਕ ਜਿਹੜੇ ਟਰੈਕਟਰ ਆ ਲਾਸਟ ਬਣਦੇ ਆ ਹਨਾ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੀ ਗੱਲਬਾਤ ਕਰਦੇ ਹਾਂ ਅਤੇ ਬਾਹਲਾ ਟਾਈਮ ਨਹੀਂ ਲਵਾਂਗੇ ਤੁਹਾਡਾ ਸੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੈ ਬਾਈ ਹਾਂਜੀ ਹਾਂਜੀ ਵਧੀਆ ਅਤੇ ਆਪਣਾ ਇੱਕ ਵਾਰੀ ਲੋਕੇਸ਼ਨ ਜ਼ਰੂਰ ਦੱਸ ਦਿਓ ਅਬੋਹਰ ਦੇ ਵਿੱਚ ਬਾਈ ਜੀ ਦਾ ਜੀ ਸੀਤੋ ਰੋਡ ਅਬੋਹਰ ਨੀਅਰ ਤਹਿਸੀਲ ਕੰਪਲੈਕਸ ਜੀ ਮੁਕਤਾਨੰਦ ਟਰੈਕਟਰ ਜੀ ਮੁਕਤਾ ਕਰਤਾਰ ਟਰੈਕਟਰ ਏਜੰਸੀ ਅਬੋਹਰ ਬਿਲਕੁਲ ਜੀ ਡਿਸਟ੍ਰਿਕਟ ਫਾਜ਼ਿਲਕਾ ਜੀ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਤੇ ਤੁਹਾਡੇ ਕੋਲੇ ਮੰਨ ਲਓ ਇਹ ਜਿਹੜੇ ਕਰਤਾਰ ਟਰੈਕਟਰ ਆ ਹੁਣ ਇਹ ਕਿੰਨੇ HP ਤੋਂ ਲੈ ਕੇ ਕਿੰਨੇ HP ਟਰੈਕਟਰ ਆ ਜਿਹੜੇ ਕਿ ਬਣਾਉਂਦੇ ਆ ਕਰਤਾਰ ਬਾਈ ਜੀ 35 ਤੋਂ ਲੈ ਕੇ ਹਾਂਜੀ 120 HP ਤੱਕ ਟਰੈਕਟਰ ਬਣਾ ਰਹੇ ਜੀ ਆ 35 ਤੋਂ ਲੈ ਕੇ 120 HP ਅਲੱਗ ਅਲੱਗ ਮਾਡਲ ਆ ਆ 4 ਵੀਲ ਡਰਾਈਵ ਵੀ ਉਹਦੇ ਵਿੱਚ ਹੀ ਹੈ 4 ਵੀਲ ਵੀ ਹੈ 2 ਵੀਲ ਵੀ ਹੈ 2 ਵੀਲ ਵੀ ਹੈ ਹਾਂਜੀ ਹਾਂਜੀ ਤੇ ਆ ਜਿਵੇਂ ਤੁਹਾਡੇ ਕੋਲੇ ਟਰੈਕਟਰ ਦੇ ਮਾਡਲ ਖੜੇ ਆ ਕਰਤਾਰ 51 36 ਪਲੱਸ ਮਾਡਲ ਹਾਂਜੀ ਹਾਂਜੀ ਤੇ ਇਹ ਕਿੰਨੇ HP ਦੇ ਵਿੱਚ ਆ ਜਾਂਦਾ ਤੋ ਕਿਹੜਾ ਇੰਜਨ ਰੱਖਿਆ ਹੋਇਆ ਹੈਗਾ ਇਹ ਸਾਨੂੰ ਸਾਰੀ ਜਾਣਕਾਰੀ ਦਿਓ ਇਸ ਟਰੈਕਟਰ ਦੀ ਕਰਤਾਰ 51 36 ਇਹਦੀ 50 HP ਦੀ ਕੈਟਾਗਰੀ ਚ ਹੈ ਜੀ ਜੀ ਇਹਦੇ ਵਿੱਚ ਕਰਲੋਸ ਕਰ 3 ਸਿਲੰਡਰ ਇੰਜਨ ਲੱਗਿਆ ਹੋਇਆ ਜੀ ਇੰਟਰਕੂਲਰ ਕਲੋਸ ਕਰ ਦਾ ਜਿਹੜਾ ਕਿ 3 ਸਿਲੰਡਰ ਇੰਜਨ ਹੈ ਤੇ ਇਹ 4 ਸਿਲੰਡਰ ਇੰਜਨ ਵੀ ਬਣਾਉਂਦੀ ਹੈ ਕਲੋਸ ਕਰ ਦੇ ਵਿੱਚ ਹਾਂ ਜੀ ਜਿਹੜੇ ਸਾਡੇ 60 HP ਟਰੈਕਟਰ ਹੈ ਜੀ ਹਾਂ ਜੀ ਉਹਦੇ ਵਿੱਚ ਇੰਡੀਆ ਦੇ ਵਿੱਚ ਜੀ ਪਹਿਲੀ ਵਾਰੀ ਔਰ ਪੰਜਾਬ ਦੇ ਵਿੱਚ ਤਾਂ ਹੈ ਜੀ ਕਰਲੋਸ ਕਰ ਦਾ 4 ਸਿਲੰਡਰ 4R 10 40 ਇੰਜਨ ਕਰਤਾਰ 60 HP ਟਰੈਕਟਰ ਦੇ ਵਿੱਚ ਲੈ ਕੇ ਆਈਏ ਜੀ ਬਿਲਕੁਲ ਜੀ ਹਾਂਜੀ ਹਾਂਜੀ ਤੇ ਆਪਾਂ ਦੋਸਤੋ ਜਾਣਦੇ ਹਾਂ ਜਿਵੇਂ ਕਰਤਾਰ ਦੀਆਂ ਕੰਬਾਈਨ ਵਗੈਰਾ ਜਿਹੜੀਆਂ ਬਣਦੀਆਂ ਸੋ ਟਰੈਕਟਰ ਵੀ ਕਾਫੀ ਟਾਈਮ ਤੋਂ ਬਣਾਉਣੇ ਸ਼ੁਰੂ ਕੀਤੇ ਆ ਮਤਲਬ ਕਹ ਲਈ ਆਪਾਂ 2016 ਤੋਂ ਬਣਾਉਣੇ ਸ਼ੁਰੂ ਕੀਤੇ ਸੀ ਹਾਂਜੀ 2016 ਤੋਂ ਟਰੈਕਟਰ ਸ਼ੁਰੂ ਕਰਤਾ ਹਾਂਜੀ ਹਾਂਜੀ ਬਿਲਕੁਲ ਤੇ ਜੇ ਆਪਾਂ ਹਿੱਸੇ ਦੀ ਗੱਲ ਕਰੀਏ ਇਹਦੀ ਤੇ ਜੇ ਫਰੰਟ ਟਾਇਰ ਆ ਜਾਂਦੇ ਮਤਲਬ 6-16 ਦੇ ਟਾਇਰ ਆ ਜੀ ਇਹਦੇ 750 ਦੇ ਇਹ 750 ਦੇ ਹਾਂਜੀ ਹਾਂਜੀ ਤੇ ਜਿਹੜਾ ਹਿੱਸਾ ਆ ਗਿਆ ਜੀ ਇਹਦਾ ਫਿਰ ਇਹਦੇ ਬਾਰੇ ਵੀ ਅਡਜਸਟੇਬਲ ਹਿੱਸਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੈਂਟਰ ਦੇ ਵਿੱਚ ਆ ਜਿਹੜਾ ਕਿ ਪਾਵਰ ਸਟੀਅਰਿੰਗ ਸੈਂਟਰ ਪਾਵਰ ਸਟੀਅਰਿੰਗ ਹੈ ਸੈਂਟਰ ਪਾਵਰ ਸਟੀਅਰਿੰਗ ਦੇ ਵਿੱਚ ਆ ਤੇ ਇੱਕ ਦੋਸਤੋ ਤੁਹਾਨੂੰ ਇੱਕ ਗੱਲ ਦੱਸਾਂ ਵੀ ਆਪਾਂ ਹੋਰ ਟਰੈਕਟਰ ਵੀ ਦੇਖਦੇ ਆ ਜਿਹੜਾ ਇਹਦਾ ਬੰਪਰ ਹੈ ਸੋ ਕੰਪਨੀ ਵੱਲੋਂ ਕਹਿ ਲਿਆ ਵੀ ਪੂਰਾ ਹੈਵੀ ਬੰਪਰ ਦਿੱਤਾ ਜਾਂਦਾ ਜੀ ਹਨਾ ਇਹ ਕੰਪਨੀ ਵੱਲੋਂ ਜੀ 1 ਕੁਇੰਟਲ weight ਦਾ 100 kg ਦਾ ਬੰਪਰ ਲੱਗਿਆ ਜੀ ਟਰੈਕਟਰ ਨੂੰ ਵਿੱਚ ਵੀ ਕੋਈ ਕੰਪਨੀ ਨਹੀਂ ਦੇ ਰਹੀ ਅੱਜ ਸਾਰੀਆਂ ਟਰੈਕਟਰ ਕੰਪਨੀਆਂ ਦੇ ਮੁਕਾਬਲੇ ਕੱਲੀ ਕਰਤਾਰ ਹੀ 100 kg ਦਾ ਬੰਪਰ ਦੇ ਰਹੀ ਹੈ 100 kg ਦਾ ਇਹ ਬੰਪਰ ਹੈ ਇਹ ਆਪਾਂ ਕਹਿੰਦੇ ਇੰਪਲੀਮੈਂਟ ਭਾਰੇ ਹੋਣ ਦੇ ਨਾਤੇ ਕੰਪਨੀ ਨੇ ਇੱਕ weight ਦੀ ਤਰ੍ਹਾਂ weight ਦਾ ਕੰਮ ਕਰਨ ਵਾਸਤੇ 100 kg ਦਾ ਬੰਪਰ ਲਾਇਆ 100 kg ਦਾ ਬੰਪਰ ਲਾਇਆ ਗਿਆ ਤੇ ਬਾਕੀ ਆ ਜੋ ਤੁਹਾਨੂੰ ਦੋਸਤੋ ਇੰਜਨ ਵਗੈਰਾ ਦਿਖਾਉਣੇ ਆ ਸੋ ਆਪਾਂ ਬਾਈ ਜੀ ਕਹਿ ਰਹੇ ਸੀਗੇ ਜਿਵੇਂ ਆ ਇਹ 50 HP ਦੀ ਕੈਟਾਗਰੀ ਦੇ ਵਿੱਚ ਇੰਜਨ ਆਗਾ ਤੇ ਜਿਵੇਂ ਆਪਾਂ ਕਹਿ ਲਈਏ ਇਹਦਾ ਡਰਾਈ ਟਾਈਪ ਹੈ ਜਿਹੜਾ ਕਿ 에ਅਰ ਕਲੀਨਰ ਆ ਸੁੱਕਾ ਡਬਲ ਫਿਲਟਰ ਦੇ ਵਿੱਚ ਆ ਜੀ ਹਾਂਜੀ ਡਬਲ ਫਿਲਟਰ ਡਬਲ ਫਿਲਟਰ ਦੇ ਫਰੰਟ ਬੈਂਟਰੀ ਆ ਗਈ ਹੈਵੀ ਚੁੱਲਾ ਵਗੈਰਾ ਬਣਿਆ ਹੋਇਆ ਸਾਈਡ ਦੀ ਬੈਂਟਰੀ ਜੀ ਬਿਲਕੁਲ ਤੇ ਇਹਦੇ ਵਿੱਚ ਫਰੰਟ ਤੇ ਬਾਈ ਜੀ ਆਪਣਾ ਕਹ ਲਈਏ ਰੇਡੀਏਟਰ ਦੇ ਇੱਕ ਜਾਲੀ ਦਿੱਤੀ ਹੋਈ ਹੈ ਇਹ ਜਾਲੀ ਇਦਾਂ ਲਾਈ ਹੈ ਜੀ ਕੱਲ ਨੂੰ ਕੋਈ ਇੱਕ ਤਾਂ ਕਚਰਾ ਮੋਟਾ ਕਚਰਾ ਅੰਦਰ ਨਹੀਂ ਜਾਂਦਾ ਰੇਡੀਏਟਰ ਚੋਕ ਨਹੀਂ ਹੁੰਦਾ ਬਿਲਕੁਲ ਜੀ ਕਿਉਂਕਿ ਸਾਡੇ ਟਰੈਕਟਰ ਦਾ ਬੋਨਟ ਨਹੀਂ ਲਾਉਣਾ ਪੈਂਦਾ ਜੇ ਤੂੜੀ ਵਾਲੀ ਰੀਪਰ ਤੇ ਲਾਉਂਗੇ ਜਾਂ ਕੰਬਾਈਨ ਤੇ ਚੜਾਉਂਗੇ ਡੋਲੀ ਕਰਾਏ ਤੇ ਕੰਪਿਊਟਰ ਕਰਾਏ ਤੇ ਜੇ ਕੋਈ ਮਿੱਟੀ ਘੱਟੇ ਵਾਲਾ ਕੰਮ ਕਰੋਗੇ ਸਾਡਾ ਟਰੈਕਟਰ ਦਾ ਬੋਨਟ ਲਾਉਣ ਦੀ ਕੋਈ ਜ਼ਰੂਰੀ ਨਹੀਂ ਬਿਲਕੁਲ ਜੀ ਤੇ ਇਹਦੇ ਵਿੱਚ ਦੇਖ ਲਈਏ ਤਾਂ ਆਪਾਂ ਜਾਲੀ ਦੀ ਉੱਪਰ ਦਿੱਤੀ ਹੋਈ ਹੈ ਬਰੀਕ ਜਾਲੀ ਕਹਿ ਲਓ ਬਾਈ ਜਿਵੇਂ ਦੱਸ ਰਹੇ ਸੀਗੇ ਤਾਂ ਲਾਉਣ ਦੀ ਜਿਹੜੀ ਕਿ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਹਾਂਜੀ ਹਾਂਜੀ ਸੋ ਐਲਈ ਲਾਈਟਸ ਐਲਈਡੀ ਫੈਂਡਰ ਲਾਈਟ ਹੈ ਜੀ 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 ਤੇ ਆਜੋ ਬਾਈ ਜੀ ਆਪਾਂ ਇੱਧਰ ਗੱਲਬਾਤ ਕਰਦੇ ਹਾਂ ਜਿਵੇਂ ਇਹ ਆ ਜਾਂਦਾ ਹੈਗਾ 2200 RPM ਦੇ ਵਿੱਚ ਹਨਾ ਜੀ ਹਾਂਜੀ ਨਹੀਂ ਇਹ ਦੇਖੋ ਜੀ ਜਿਹੜਾ 1800 RPM ਤੇ ਕੰਮ ਕਰਦਾ ਜੀ ਟਰੈਕਟਰ ਸਾਡਾ 1800 RPM ਤੇ ਸਾਰੇ ਕੰਮ ਕਰਦਾ ਜੀ ਹਾਂਜੀ 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 ਤੋਂ ਆਪਾਂ ਕਹਿ ਲਈਏ ਹੀਟ ਗਲਾਸ ਦਿੱਤੇ ਹੋਇਆ ਜਿਹੜਾ ਕਿ ਇੰਜਨ ਦਾ ਸੇਕ ਆ ਸੋ ਪੈਰਾਂ ਤੱਕ ਨਾ ਪਹੁੰਚੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਸੇਕ ਮਾਰਦਾ ਹੀ ਨਹੀਂ ਕਿਉਂਕਿ ਇੰਟਰਕੂਲਰ ਸਿਸਟਮ ਲੱਗਿਆ ਇਹਨੂੰ ਜੀ ਆਪਾਂ ਇਸੇ ਕਰਕੇ ਰੇਡੀਏਟਰ ਕਾਪਰ ਦਾ ਮਹਿੰਗਾ ਲਾਇਆ ਬਿਲਕੁਲ ਟਰੈਕਟਰ ਗਰਮ ਹੁੰਦਾ ਹੀ ਨਹੀਂ ਜੀ ਗਰਮ ਨਹੀਂ ਹੋਊਗਾ ਤਾਂ ਪੈਰਾਂ 'ਚ ਸੇਕਾ ਨਹੀਂ ਜਾਊਗਾ ਇਹ ਦੁਪਹਿਰ ਦੇ ਟਾਈਮ 'ਤੇ ਵੀ ਤੁਸੀਂ ਨੋਰਮਲ ਟਰੈਕਟਰ ਯੂਜ਼ ਕਰ ਸਕਦੇ ਹੋ ਤੇ ਜੇ ਆਪਾਂ ਇਹਦੀ ਟੈਂਕੀ ਦੀ ਗੱਲ
ਤੁਹਾਡੇ ਹਰੇਕ ਟਰੈਕਟਰ ਦੀ? ਹਾਂਜੀ ਹਾਂਜੀ ਬਿਲਕੁਲ। ਤੇ ਜੇ ਆਪਾਂ ਇਹਦੀ ਗੇਅਰ ਦੀ ਗੱਲ ਕਰੀਏ ਜੀ, ਗੇਅਰ ਕਿਸ ਕੰਪਨੀ ਦਾ ਆ ਜਾਂਦਾ ਜੀ? ਸਾਡੇ ਕਰਤਾਰ ਨੇ ਜੀ ਸਾਰੇ ਗੇਅਰ ਟਰੈਕਟਰਾਂ ਨੂੰ ਗੇਅਰ ਕਰਾਰੋ ਟਰਾਂਸਮਿਸ਼ਨ ਲਾਈ ਹੈ, ਇਟਲੀ ਵਾਲੀ ਟਰਾਂਸਮਿਸ਼ਨ ਕਰਾਰੋ, ਜੈਨੂਅਨ ਕਰਾਰੋ ਔਰ ਜੈਨੂਅਨ ਕਰਲੋਸਕਰ ਇੰਜਨ ਲਾਇਆ ਹੋਇਆ ਜੈਨੂਅਨ। ਹਾਂਜੀ ਬਿਲਕੁਲ ਜੀ। ਤੇ ਉਸ ਤੋਂ ਬਾਅਦ ਇਹ ਆ ਜਾਂਦਾ ਜੀ ਦੋ ਸਪੀਡਾਂ ਦੇ ਵਿੱਚ ਦੋਸਤੋ, ਇਹ ਟਰੈਕਟਰ ਆ ਜਾਂਦਾ ਕਿਤੇ 3 ਸਪੀਡ ਦੇ ਵਿੱਚ ਵੀ ਆਉਂਦਾ ਜੀ? ਦੇਖੋ ਜੀ ਸਾਡਾ ਰਿਸਰਚ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 4 ਸਪੀਡ ਵੀ ਦੇਵਾਂਗੇ ਜੀ, ਲੇਕਿਨ ਅੱਜ ਸਾਡੇ ਕੋਲ ਮੌਕੇ 'ਤੇ ਜਿਹੜੇ ਟਰੈਕਟਰ ਸੀ ਸਾਡੇ ਕਾਮਯਾਬ ਹੋਏ ਆ, 2 ਸਪੀਡ ਕੀਤੇ ਆ, 2 ਸਪੀਡ ਦੇ ਵਿੱਚ ਸੈਂਟਰ ਗੇਅਰ ਜੀ ਜੀ। ਹਾਂਜੀ ਤੇ ਵਧੀਆ ਪਲੇਟਫਾਰਮ ਦਿੱਤਾ ਹੋਇਆ, ਖੁੱਲ੍ਹਾ ਖੁੱਲ੍ਹਾ ਪੂਰਾ ਖੁੱਲ੍ਹਾ ਡੁੱਲਾ ਟਰੈਕਟਰ ਜੀ, 14, 9, 28 ਦੇ ਜਿਹੜੇ ਕਿ ਇਹਦੇ ਟਾਇਰ ਆ ਜਾਂਦੇ ਹੈਗੇ। ਤੇ ਆਜੋ ਤੁਹਾਨੂੰ ਦੋਸਤੋ ਇੱਧਰ ਬੈਕ ਸਾਈਡ ਦਿਖਾ ਦਈਏ। ਤੇ ਜੇ ਆਪਾਂ ਪੀਟੀਓ ਦੀ ਗੱਲ ਕਰੀਏ ਤਾਂ ਪੀਟੀਓ ਕਿੰਨੇ ਐਚਪੀ? ਪੀਟੀਓ 540 ਚੱਕਰ ਹੈ ਜੀ ਸਾਡੀ ਜੀ, ਸਾਡਾ 50 ਐਚਪੀ ਟਰੈਕਟਰ ਹੈ, 43.9 ਦੀ ਪੀਟੀਓ ਪਾਵਰ ਕੱਢ ਰਹੀ ਟਰੈਕਟਰ, ਪੀਟੀਓ ਪਾਵਰ ਕੱਢ ਰਿਹਾ ਬਿਲਕੁਲ। ਤੇ ਜੇ ਆਪਾਂ ਲੈਫਟ ਕਪੈਸਿਟੀ ਦੀ ਗੱਲ ਕਰੀਏ ਜੀ, ਇਹਦੀ ਲੈਫਟ ਕਪੈਸਿਟੀ ਕਿੰਨੀ ਹੈ? ਲੈਫਟ ਕਪੈਸਿਟੀ ਅਸੀਂ ਸਾਰੇ ਟਰੈਕਟਰਾਂ ਦੇ ਵਿੱਚ 40 ਤੋਂ ਲੈ ਕੇ ਜਿਹੜੇ 50 ਤੱਕ ਮਾਡਲ ਆਉਂਦੇ ਆ ਜੀ, 40-36 ਤੋਂ ਲੈ ਕੇ ਜੀ 51, ਸਾਰਿਆਂ ਦੀ ਇੱਕੋ ਲਿਫਟ ਕਰਤੀ ਜੀ 18 kg। ਇਹਦੀ ਅਸੀਂ ਛੋਟਿਆਂ ਦੀ ਵੀ ਉਡ ਨਹੀਂ ਕਰਤੀ, ਵੱਡਿਆਂ ਦੀ ਵੀ ਉਡ ਨਹੀਂ ਕਰਤੀ, 1800 kg ਹੈ, 1800 kg ਹੈ ਕਪੈਸਿਟੀ। ਹਾਂਜੀ, ਡਬਲ ਡਿਸਟ੍ਰੀਬਿਊਟਰ ਵੀ ਇਸ ਮਾਡਲ ਚ ਜਿਹੜਾ ਦਿੱਤਾ ਜਾ ਰਿਹਾ ਹੈਗਾ। ਤੇ 14, 9 ਡਿਸਟ੍ਰੀਬਿਊਟਰ ਵੀ ਆਪਾਂ ਬੌਚਰ ਦਾ ਲਾਇਆ ਜੀ, ਵਧੀਆ ਬਿਲਕੁਲ, ਟਰੈਕਟਰ ਨੂੰ ਕੋਈ ਚੀਜ਼ ਦੇਸੀ ਨਹੀਂ ਲਾਈ ਜੀ, ਦੇਸੀ ਨਹੀਂ, ਕੰਪਨੀ ਨਟ ਬੋਲਟ ਵੀ ਨਹੀਂ ਕੋਈ ਦੇਸੀ ਰੱਖੀ ਆ। ਤੇ 14, 9, 28 ਦੇ ਟਾਇਰ ਆ ਜਾਂਦੇ ਦੋਸਤੋ, ਬਾਹਲਾ ਟਾਈਮ ਨਹੀਂ ਲਵਾਂਗੇ। ਤੇ ਆਪਾਂ ਇੰਸਟਰੂਮੈਂਟ ਕਲਸਟਰ ਦੀ ਗੱਲ ਕਰੀਏ ਤਾਂ ਤੁਸੀਂ ਮੀਟਰ ਵਗੈਰਾ ਇਹਦੇ ਦੇਖ ਸਕਦੇ ਹੋ। ਤੇ ਉਸ ਤੋਂ ਬਾਅਦ ਬ੍ਰੇਕ ਆ ਜਿਹੜੇ ਆਇਲ ਅੰਪ੍ਰੈਸਡ ਬ੍ਰੇਕ ਆ ਇਹਦੇ। ਹਾਂਜੀ, ਆਇਲ ਅੰਪ੍ਰੈਸਡ ਬ੍ਰੇਕ ਜੀ, ਅੰਪ੍ਰੈਸਡ ਬ੍ਰੇਕ। ਤੇ ਉਸ ਤੋਂ ਬਾਅਦ ਜਿਵੇਂ ਆਪਾਂ ਕਹਿ ਲਈਏ ਇਹਦੇ ਵਿੱਚ ਇੱਕ ਤੁਸੀਂ ਕਹਿ ਲਓ ਸਵਿੱਚ ਦਿੱਤੀ ਹੋਈ ਆ, ਜਿਵੇਂ ਆਮ ਟਰੈਕਟਰਾਂ ਦੇ ਵਿੱਚ ਬਹੁਤ ਘੱਟ ਵੇਖਣ ਮਿਲਦੀ ਆ। ਹਾਂਜੀ ਹਾਂਜੀ, ਇਹ ਕਿਸੇ ਟਰੈਕਟਰ 'ਚ ਨਹੀਂ ਆ ਰਹੀ ਜੀ ਅੱਜ ਜੀ, ਆਪਾਂ ਪਹਿਲੀ ਕਰਤਾਰ ਨੇ ਹੀ ਲਾਈ ਹੈ ਕਿਉਂਕਿ ਆਟੋ ਕੱਟ ਆਫ ਸੁੱਚ ਹੈ ਜੀ। ਜੀ, ਟਰੈਕਟਰ ਦੇ ਵਿੱਚ ਕੋਈ ਸਰਕਟ ਸ਼ਾਟ ਹੁੰਦਾ, ਮੌਕੇ ਦੀ ਮੇਨ ਸੁੱਚ ਹੈ ਜੀ, ਇਹਨੂੰ ਕੱਟੋਗੇ ਸਾਰਾ ਸਰਕਟ ਹੈ ਜਿਹੜਾ, ਸਾਰੀ ਲਾਈਟ ਹੈ, ਸਾਰਾ ਕਰੰਟ ਆਈ ਆਟੋਮੈਟਿਕਲੀ ਬੈਟਰੀ ਦੇ ਵਿੱਚ ਰਹਿ ਜਾਣਾ, ਕੱਟਿਆ ਜਾਊਗਾ ਕੋਈ ਵੀ, ਸੇਫਟੀ ਆ ਵੀ ਆਪਾਂ ਕੋਈ ਹਾਂ ਘਰੇ ਵੀ ਚੂਹਿਆਂ ਤੋਂ ਵਗੈਰਾ ਕੋਈ ਟੈਕ ਘਰੇ ਖੜਾ ਹੋਇਆ ਟੁੱਕਦਾ ਸਰਕਟ ਸ਼ਾਟ ਹੁੰਦਾ ਜੀ, ਕੋਈ ਬੱਚੇ ਸੈਲਫ ਮਾਰਦੇ ਆ, ਕੋਈ ਮੰਡੀ 'ਚ ਖੜਾ ਹੈ ਕਿਤੇ ਟਰੈਕਟਰ ਚੋਰੀ ਦਾ ਸਿਸਟਮ ਆਉਂਦਾ, ਉੱਥੇ ਚੀਜ਼ ਬਹੁਤ ਵੱਧ ਕੰਮ ਕਰਦਾ ਬਿਲਕੁਲ ਜੀ। ਤੇ ਜੇ ਦੇਖੀਏ ਆਪਾਂ ਪਾਵਰ ਸਟੀਅਰਿੰਗ ਤੇ ਲੈਫਟ, ਇਹਦੇ ਵਿੱਚ ਫਿਰ ਡਬਲ ਪੰਪ ਦਿੱਤੇ ਹੋ ਕਿ ਸਿੰਗਲ ਪੰਪ ਜੀ? ਨਹੀਂ ਜੀ, ਡਬਲ ਪੰਪ ਜੀ, ਅਸੀਂ ਅਲੱਗ ਅਲੱਗ ਦਿੱਤੇ, ਸਟੀਅਰਿੰਗ ਨੂੰ ਅਲੱਗ ਪੰਪ ਦਿੱਤਾ, ਲਿਫਟ ਨੂੰ ਅਲੱਗ ਦਿੱਤਾ ਜੀ, ਇਹਦੀ ਲਾਈਫ ਬਹੁਤ ਜ਼ਿਆਦਾ ਜੀ। ਠੀਕ ਹੈ ਜੀ, ਲਾਈਫ ਬਹੁਤ ਜ਼ਿਆਦਾ, ਇੰਜਨ ਨਾਲੋਂ ਜ਼ਿਆਦਾ ਲਾਈਫ ਇਹਦੀ ਬਣਾਈ ਹੈ ਜੀ। ਜੀ, ਸੈਂਟਰ ਪਾਵਰ ਦਾ ਮਤਲਬ ਹੈ ਜੀ ਟਰੈਕਟਰ, ਜਦੋਂ ਕਈ ਆਮ ਕੰਪਨੀਆਂ ਦੇ ਟਰੈਕਟਰ ਜਦੋਂ ਮੱਥੇ ਤੇ ਜਾ ਕੇ ਫੁੱਲ ਮੋੜ ਦਿੰਦੇ ਆ, ਬਿਲਕੁਲ ਟਰੈਕਟਰ ਦਬ ਜਾਂਦਾ ਹੈ। ਬਿਲਕੁਲ, ਸਾਡੇ ਟਰੈਕਟਰ 'ਚ ਉਦਾਂ ਦੀ ਕੋਈ ਗੱਲ ਨਹੀਂ। ਹਾਂਜੀ, ਸਾਡੇ ਕੋਲ ਗੈਲਰੀ ਲੱਗੀ ਹੋਈ ਹੈ ਇਹਦੇ ਵਿੱਚ ਜੀ, ਇਹਦੇ ਕਰਕੇ 90 degrees ਤੇ ਜਾ ਕੇ ਗੈਲਰੀ ਖੋਲ੍ਹੀ ਜਾਂਦੀ ਹੈ, ਤੇਲ ਥੋੜ੍ਹਾ ਜਿਹਾ ਉਧਰ ਕ੍ਰੋਸ ਹੋ ਜਾਂਦਾ। ਠੀਕ ਹੈ ਜੀ, ਟਰੈਕਟਰ ਦਬਦਾ ਨਹੀਂ ਗਾ ਜੀ ਮੱਥੇ ਤੋਂ ਜੀ। ਇਹ ਟਰੈਕਟਰ ਵੀ ਡਬਲ ਕਲੱਚ ਦੇ ਵਿੱਚ ਹੀ? ਸਾਰੇ ਟਰੈਕਟਰ ਡਬਲ ਕਲੱਚ ਆ ਜੀ, 40 hp ਨੂੰ ਛੱਡ ਕੇ ਬਾਕੀ ਸਾਰੇ ਡਬਲ, ਸਾਰੇ ਡਬਲ ਕਲੱਚ ਦੇ ਵਿੱਚ ਆ। ਤੇ ਟਰੈਕਟਰ ਦੀ ਕੀਮਤ ਦੀ ਗੱਲ ਕਰੀਏ ਜੀ, ਔਨ ਰੋਡ ਕੀਮਤ ਕਿੰਨੀ ਪੈ ਜਾਂਦੀ ਹੈ? ਦੇਖੋ ਜੀ, ਅੱਜ ਜਿਹੜੀ ਸਾਡੀ ਕੀਮਤ ਹੈ ਉਹ 750,000 rupees 50 hp ਟਰੈਕਟਰ, 50 hp ਦੀ ਜੀ। ਅਸੀਂ 640,000 ਤੋਂ ਸਟਾਰਟ, 20,000 ਤੋਂ ਸਟਾਰਟ ਹੁੰਦੇ ਹਾਂ ਜੀ ਜੀ। ਤੇ ਅਲੱਗ ਅਲੱਗ ਮਾਡਲਾਂ ਦੇ ਵਿੱਚ ਜੀ, 40 hp ਤੋਂ ਗੱਲ ਕਰੀਏ 6.25 ਤੇ 7.25 ਜੀ, 7.5 ਜੀ, ਤੇ 8.5 ਜੀ, ਤੇ 9.65 10.65 10.65 ਹਾਂਜੀ, ਜਿਹੜੇ 60 hp ਤੱਕ ਟਰੈਕਟਰ ਆਪਾਂ ਦੇਣੇ ਸ਼ੁਰੂ ਕੀਤੇ ਆ ਪੰਜਾਬ ਦੇ ਵਿੱਚ ਜੀ। ਹਾਂਜੀ, ਤੇ ਇਹ ਤਾਂ ਤੁਹਾਡਾ ਹੋ ਗਿਆ ਜੀ 51-36+ ਮਾਡਲ ਆ, ਜਿਵੇਂ ਆਪਾਂ ਬਲੂ ਕਲਰ ਕਹਿ ਸਕਦੇ ਹਾਂ ਜੀ। ਇੱਕ ਤੁਹਾਡਾ ਇੱਕ ਰੈੱਡ ਮਾਡਲ ਦੇ ਵਿੱਚ ਵੀ ਇੱਕ ਕਲਰ ਆਪਸ਼ਨ 2 ਹੈ ਜੀ, ਸਾਡੇ ਕੋਲ ਰੈੱਡ ਕਲਰ ਵੀ ਮਿਲ ਜਾਂਦਾ ਜੀ ਜੀ, ਤੇ ਸਾਡੇ ਕੋਲ ਬਲੂ ਕਲਰ ਵੀ ਮਿਲ ਜਾਂਦਾ, ਬਲੂ ਕਲਰ ਵੀ ਆ। ਹਾਂਜੀ ਹਾਂਜੀ, ਇਹ ਕਸਟਮਰ ਦੀ ਚੋਇਸ ਨਾਲ ਦੇ ਦਿੰਨੇ ਜੀ। ਇਹਦਾ ਕੋਈ ਕੀਮਤ ਦਾ ਫਰਕ ਪੈਂਦਾ ਕਲਰ ਕਰਕੇ? ਨਹੀਂ ਨਹੀਂ, ਇਹ ਦੇਖੋ ਜੀ ਇਹ ਅਲੱਗ ਅਲੱਗ ਸਿਸਟਮ ਹੁੰਦਾ ਹੈ ਜੀ, ਕਈ ਕੰਪਨੀਆਂ ਇਸ ਗੱਲ ਦੇ ਵਿੱਚ ਕੰਪਨੀਆਂ ਨਹੀਂ ਕਰਦੀਆਂ ਹੁੰਦੀਆਂ ਜੀ ਕਦੇ ਵੀ ਜੀ। ਤੇ ਮਤਲਬ ਕਸਟਮਰ ਨੂੰ ਟਰੈਕਟਰ ਦੇਣ ਵਾਲੇ ਉਹ ਜਿਹੜੇ ਡੀਲਰ ਹੁੰਦੇ ਆ ਉਹ ਥੋੜ੍ਹਾ ਬਹੁਤਾ ਕਰ ਲੈਂਦੇ ਆ ਜੀ, ਵੈਸੇ ਚਾਹੀਦਾ ਨਹੀਂ ਗਾ ਕਿਉਂਕਿ ਜਿਹੜੀ ਚੀਜ਼ ਇੱਕੋ ਥਾਂ ਤੇ ਤਿਆਰ ਹੁੰਦੀ ਉਹਦੇ ਰੇਟ ਅਲੱਗ ਅਲੱਗ ਕਿਵੇਂ ਹੋ ਸਕਦੇ? ਬਿਲਕੁਲ ਜੀ ਬਿਲਕੁਲ। ਤੇ ਇਹ ਆਪਾਂ ਦੋਸਤੋ ਤੁਹਾਨੂੰ ਦੱਸ ਦਈਏ ਇਹਦਾ ਇਕੱਲਾ ਇੱਕ ਕਲਰ ਦਾ ਫਰਕ ਆ, ਬਾਕੀ ਜਿਹੜਾ ਤੁਹਾਨੂੰ ਬਿਲਕੁਲ ਸੇਮ ਹੈ ਜੀ, ਕਲਰ ਤੋਂ ਬਿਨਾਂ ਬਾਕੀ ਟਰੈਕਟਰ ਸਾਰਾ ਬਿਲਕੁਲ ਸੇਮ। ਤੇ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੀ ਇਹ ਸਮੇਂ 'ਚ ਜਿਵੇਂ ਟਰੈਕਟਰ ਫੀਲਡ ਦੇ ਵਿੱਚ ਚੱਲ ਰਿਹਾ ਹਨਾ, ਤਾਂ ਉਹਦੀਆਂ ਵੀਡੀਓ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤਾਂ ਕੋਈ ਇੰਪਲੀਮੈਂਟ ਪਾ ਕੇ ਹਨਾ ਜਿਹੜੇ ਟਰੈਕਟਰ ਦੀ ਐਚਪੀ ਦੇ ਹਿਸਾਬ ਨਾਲ ਸਾਰੇ ਇੰਪਲੀਮੈਂਟ ਬਣਾਉਣੇ ਸ਼ੁਰੂ ਕਰਤੇ ਜੀ ਆਪਾਂ ਜੀ ਜੀ। ਦੁਬਾਰਾ ਇੰਪਲੀਮੈਂਟ ਜੀ, ਆਟੋਮੈਟਿਕ ਪਲਾਂਟ ਲੱਗ ਰਿਹਾ ਕਰਤਾਰ ਦੇ ਵਿੱਚ ਜੀ ਜੀ, ਸਾਰੇ ਇੰਪਲੀਮੈਂਟ ਸ਼ੁਰੂ ਕਰਤੇ ਬਿਲਕੁਲ। ਬਾਕੀ ਜਿਹੜਾ 40-36 ਟਰੈਕਟਰ ਹੈ ਜੀ, ਇੰਜਨ ਇਹਨੂੰ ਵੀ ਕਰਲੋਸ ਕਰੀ ਆ ਜੀ, ਇਹ 13 ਦੇ ਟਾਇਰਾਂ 'ਚ 6-16 ਦੇ ਟਾਇਰਾਂ 'ਚ ਆ ਜਾਂਦਾ, 6-16 ਤੇ 13 ਦੇ ਟਾਇਰ ਦੇ 40 hp 40 hp ਆ ਗਿਆ ਜੀ, ਜਿਵੇਂ ਆਪਾਂ ਸਟਾਰਟਿੰਗ ਮਾਡਲ ਹੈ। ਹਾਂਜੀ, ਇਹਨੂੰ ਵੀ ਬੰਪਰ ਬਹੁਤ ਵਧੀਆ ਸੋਹਣਾ ਡਿਜ਼ਾਈਨ ਕਰਕੇ, ਇਹ ਵੀ ਹੈਵੀ ਆ ਜੀ, ਖੋਖਲਾ ਨਹੀਂ ਦਾ ਬੰਪਰ ਇਹਨੂੰ ਵੀ ਲਾਇਆ ਜੀ ਬਿਲਕੁਲ। ਹਾਂਜੀ, ਤੇ ਆਪਾਂ ਦੋਸਤੋ ਤੁਹਾਨੂੰ ਦੱਸ ਦਈਏ ਵੀ ਇਹ ਜਿਹੜਾ ਕਿ ਆਡੀਆਸਟੇ
ਤੇ ਬਾਕੀ ਸਾਰਾ ਸੇਮ ਹੀ ਆ, ਇੰਜਨ ਕਲੋਸ ਕਰਦਾ ਰੱਖਿਆ ਹਨਾ, ਤੇ ਬਾਕੀ ਤੁਸੀਂ ਬਾਕੀ ਹੋਰ ਵਧੀਆ ਗੱਲ ਦੱਸਦੇ ਆ ਜੀ, ਸਾਡੇ ਕਰਤਾਰ ਦੇ ਟਰੈਕਟਰਾਂ ਦਾ ਪਾਰਟਸ ਬਾਹਰੋਂ ਵੀ ਬਹੁਤ ਮਿਲਦਾ ਜੀ, ਜਿੱਥੋਂ ਮਰਜ਼ੀ ਲਓ ਜੀ। ਇਹ ਤਾਂ ਆਮ ਟਰੈਕਟਰ ਹੈ ਇੱਕ, ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਰਲੋਸਕਰ ਬਹੁਤ ਪੁਰਾਣੀ ਕੰਪਨੀ ਹੈ। ਕਰਲੋਸਕਰ ਦਾ ਨਟ ਬੋਲਟ ਇੰਜਨ ਇੰਜਨ ਪਾਰਟਸ ਗੇਅਰ ਪਾਰਟਸ ਕਰਾਰੋ ਦੇ ਜਿੱਥੋਂ ਮਰਜ਼ੀ ਵੀ ਲੈ ਸਕਦੇ ਹੋ ਜੀ, ਬਟ ਕੰਪਨੀ ਵੀ ਬਹੁਤ ਸਸਤੇ ਰੇਟਾਂ ਦੇ ਪ੍ਰੋਵਾਈਡ ਕਰਾਉਂਦੀ ਹੈ ਜੀ। ਜੇ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ 40 HP ਦੀ, ਹਾਂਜੀ, ਅਤੇ ਕਿੰਨੀ ਕੀਮਤ ਦਾ ਪੈ ਜਾਂਦਾ ਜੀ ਇਹ? 6,00,000 ਰੁਪਏ ਦੀ ਕੀਮਤ ਕਰਦੇ ਹਾਂ ਜੀ ਇਹਦੀ। ਅਸੀਂ ਬਾਕੀ ਮੌਕੇ 'ਤੇ ਕਸਟਮਰ ਦੇ ਸਿਰ 'ਤੇ ਮਾਨ ਤਾਨ ਹੋ ਜਾਂਦਾ ਜੀ। ਜੀ ਕਈ ਵਾਰੀ ਕਸਟਮਰ ਨੇ ਪੁਰਾਣਾ ਟਰੈਕਟਰ ਵਿੱਚ ਕਟਿੰਗ ਕਰਵਾਉਣੀ ਹੁੰਦੀ, ਉਦੋਂ ਫਿਰ ਸਿਸਟਮ ਹੋਰ ਹੋ ਜਾਂਦਾ ਜੀ। ਬਿਲਕੁਲ, ਹਾਂਜੀ ਹਾਂਜੀ ਹਾਂਜੀ। ਅਤੇ ਇਹ ਵੀ ਮਤਲਬ ਆਰਾਮ ਨਾਲ ਰੋਟਾਵੀਟਰ ਵਗੈਰਾ ਖਿੱਚ ਲੈਂਦਾ ਜੀ? ਹਾਂਜੀ, 7 ਫੁੱਟ ਰੋਟਾਵੀਟਰ ਇਹਨੂੰ ਆਰਾਮ ਨਾਲ ਖਿੱਚਦਾ ਜੀ। 11 ਕਲਟੀਵੇਟਰ, 16 ਤਵੀਆਂ ਵੀ ਖਿੱਚਦਾ ਜੀ। 16 ਤਵੀਆਂ, ਹਾਂਜੀ ਹਾਂਜੀ। ਇਹਦੀ ਜਿਹੜੀ PTO ਇਹ ਵੀ 540 ਹੈ? ਹਾਂਜੀ, ਇਹ ਸਾਰੇ ਟਰੈਕਟਰਾਂ ਦੀ PTO ਸਾਡੀ 540 ਹੈ ਜੀ। ਜੀ, 60 HP ਦੇ ਵਿੱਚ ਨਾਲ EPTO ਦਿੱਤੀ ਹੋਈ ਹੈ ਜੀ। ਹਾਂਜੀ, ਬਾਕੀ ਸਾਰੇ ਟਰੈਕਟਰਾਂ ਦੀ PTO 540 540 ਹੈ। ਅਤੇ ਲੈਫਟ ਕਪੈਸਿਟੀ ਇਹਦੀ ਵੀ 1800 KG? ਇਹਦੀ ਵੀ 18 ਕੁਇੰਟਲ ਕੀਤੀ ਹੈ ਜੀ, ਸਾਰਿਆਂ ਦੀ 18 KG ਕੀਤੀ, 1800 KG ਕੀਤੀ ਹੋਈ ਹੈ ਜੀ। ਅਸੀਂ ਸਾਰੇ ਟਰੈਕਟਰਾਂ ਦੇ ਅਲੱਗ ਅਲੱਗ ਮਾਡਲਾਂ ਦੇ ਵਿੱਚ ਅਲੱਗ ਅਲੱਗ ਪਾਰਟਸ ਨਹੀਂ ਪਾਇਆ। ਬਿਲਕੁਲ, ਸਾਡਾ ਪਾਰਟਸ ਲਗਭਗ ਸੇਮ ਹੈ, ਕਿਉਂਕਿ ਕੱਲ੍ਹ ਨੂੰ ਰਿਪੇਅਰ ਵਾਸਤੇ ਆਸਾਨ ਹੈ, ਕਸਟਮਰ ਵਾਸਤੇ ਵੀ ਆਸਾਨ ਹੈ, ਕਿਸਾਨ ਵਾਸਤੇ ਵੀ ਚੀਜ਼ਾਂ ਆਸਾਨ ਹੈ ਜੀ। ਅਤੇ ਬਾਕੀ ਕੋਈ ਇਨਕੁਆਇਰੀ ਹੁੰਦੀ ਹੈ ਦੋਸਤੋ ਤਾਂ ਤੁਸੀਂ ਕਾਲ ਕਰਕੇ ਬਾਈ ਜੀ ਨਾਲ ਗੱਲ। ਹਾਂਜੀ, ਕੋਈ ਵੀ ਇਨਕੁਆਇਰੀ ਆਲ ਪੰਜਾਬ ਦੇ ਵਿੱਚ ਕਿਤੇ ਵੀ ਆ ਜੀ, ਸਾਡਾ ਨੰਬਰ ਅਸੀਂ ਤੁਹਾਨੂੰ ਸਕਰੀਨ 'ਤੇ ਵੀ ਸਾਡਾ ਦੇ ਰਹੇ ਹੋ, ਪਰ ਅਸੀਂ ਵੀ ਤੁਹਾਨੂੰ ਆਪਣਾ ਨੰਬਰ ਬੋਲ ਕੇ ਦੱਸ ਦਿੰਦੇ ਹਾਂ ਜੀ। ਬਿਲਕੁਲ, ਸਾਡਾ ਪਹਿਲਾ ਨੰਬਰ ਹੈ ਜੀ 96465 ਜੀ 64522। ਦੂਸਰਾ ਨੰਬਰ ਹੈ ਜੀ ਸਾਡਾ, ਫਿਰ ਇੱਕ ਵਾਰ ਬੋਲ ਦਈਏ, 96465 ਜੀ 64522 ਜੀ। ਔਰ ਦੂਸਰਾ ਨੰਬਰ ਹੈ 99158 ਜੀ 35597 ਜੀ 99158 35597 ਜੀ। ਜੀ ਹਾਂਜੀ ਹਾਂਜੀ। ਬਾਕੀ ਦੋਸਤੋ ਮੈਂ ਨੰਬਰ ਸਕਰੀਨ 'ਤੇ ਵੀ ਚਲਾ ਰਿਹਾ। ਬਾਕੀ ਆਪਾਂ ਕਹਿ ਲਈਏ ਜੇ ਸਾਰੀ ਇਕੱਲੀ ਇਕੱਲੀ ਬਾਈਕ ਇਹਦਾ ਜਾਣਕਾਰੀ ਦੇ ਦਈਏ ਤਾਂ ਵੀਡੀਓ ਬਹੁਤ ਲੰਬੀ ਬਣ ਜੂਗੀ। ਅਤੇ ਜੇ ਤੁਸੀਂ ਇੱਥੇ ਟਰੈਕਟਰ ਡੈਮੋ ਦੇਖਣਾ ਵੀ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਬਾਈ ਨਾਲ ਕੰਟੈਕਟ ਕਰ ਲਿਓ। ਅਬੋਹਰ ਦੇ ਵਿੱਚ ਇਹਨਾਂ ਦੀ ਡੀਲਰਸ਼ਿਪ ਆ ਕਰਤਾਰ ਟਰੈਕਟਰ ਦੀ। ਹਾਂਜੀ ਹਾਂਜੀ। ਅਤੇ ਇਹ ਆਪਾਂ ਕਹਿ ਲਈਏ 50 ਅਤੇ 40 HP ਦੇ ਟਰੈਕਟਰ ਆ ਜਿਹੜੇ ਮਾਡਲ ਤੁਹਾਨੂੰ ਦਿਖਾਇਆ। ਆਪਣੀ ਬਾਜੀ ਫਰਮ ਦਾ ਨਾਮ ਆ ਮੁਕਤਾਨੰਦ ਟਰੈਕਟਰ, ਕਰਤਾਰ ਟਰੈਕਟਰ ਏਜੰਸੀ, ਸੀਤੋ ਰੋਡ, ਅਬੋਹਰ ਨੇੜੇ, ਤਹਿਸੀਲ ਕੰਪਲੈਕਸ। ਬਿਲਕੁਲ ਜੀ। ਹਾਂਜੀ, ਇੱਕ ਹੋਰ ਤੁਹਾਨੂੰ ਗੱਲ ਦੱਸੀ ਹੈ ਜੀ, ਕਰਤਾਰ ਦੀਆਂ ਕਮਾਈਨਾਂ ਵੀ ਹੁਣ ਡੀਲਰਾਂ ਦੇ ਥਰੂ ਬੁਕਿੰਗ ਸ਼ੁਰੂ ਹੋ ਗਈ ਜੀ। ਜੀ, ਕਮਾਈਨਾਂ ਵੀ ਅਸੀਂ ਅਬੋਹਰ ਤੋਂ ਬੁੱਕ ਕਰਦੇ ਹਾਂ, ਨਾਲ ਸਰਵਿਸ ਵੀ ਦਿੰਦੇ ਹਾਂ ਜੀ। ਜੀ, ਕੰਬਾਈਨਾਂ ਦੇ ਪਿੱਛੇ ਸੀਜ਼ਨ ਦੇ ਵਿੱਚ ਸਾਡੀ ਗੱਡੀ ਜਾਊਗੀ, ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਉੱਥੇ ਖੇਤ ਦੇ ਵਿੱਚ ਕੰਬਾਈਨ ਨੂੰ ਠੀਕ ਕਰਕੇ ਆਉਂਦੇ ਹਾਂ। ਇਸੇ ਤਰ੍ਹਾਂ ਟਰੈਕਟਰ ਸਾਡੇ ਵੀ ਸਾਰੇ ਲੇਬਰ ਫਰੀ ਹੈ ਜੀ। ਜੀ, ਟਰੈਕਟਰਾਂ ਦੀ ਸਰਵਿਸ ਹੈ ਜਿਹੜੀ ਉਹ ਲੇਬਰ ਫਰੀ ਹੈ, ਔਰ ਟਰੈਕਟਰਾਂ ਦੀ ਸਰਵਿਸ ਵੀ ਅਸੀਂ ਕਸਟਮਰ ਦੇ ਘਰੇ ਕਰਕੇ ਆਉਂਦੇ ਹਾਂ। ਸਰਵਿਸ ਸਾਡੀ ਫੁੱਲ ਹੈ ਜੀ, ਸਰਵਿਸ ਦੀ ਕੋਈ ਕਮੀ ਨਹੀਂ ਰਹੂਗੀ, ਹੁਣ ਵੀ ਔਰ ਪਹਿਲਾਂ ਵੀ ਔਰ ਮਗਰੋਂ ਵੀ। ਬਿਲਕੁਲ ਜੀ। ਅਤੇ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ, ਅਤੇ ਤੁਸੀਂ ਆਪਣੇ ਸੁਝਾਅ ਜਿਹੜਾ ਕਮੈਂਟਾਂ ਰਾਹੀਂ ਦੇ ਸਕਦੇ ਹੋ। ਅਤੇ ਜੇ ਕਿਸੇ ਨੇ ਖਰੀਦ ਕਰਨੀ ਆ, ਟਰੈਕਟਰ ਦੇਖਣਾ ਵੀ ਆ, ਤਾਂ ਬਾਈ ਨਾਲ ਕੰਟੈਕਟ ਕਰ ਲਿਓ। ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਬਾਈ ਜੀ।